पाकिस्तान की खुफिया एजेंसी ISI नूं फौज दीआं गुप्त जानकारियां भेजण दे दोष हेठ काबू कीता बठिंडे दा नौजवान अमृत गिल इस तों पहलां बेअदबी दे मामले दे विच वी नामजद हो चुका है। जी हाँ, उसने साल 2020 दे विच अपने पिंड च गुटका साहिब दे अंग खंडित करके सुट दित्ते सन। पिंड दुल्लेवाला नाल संबंधित नौजवान अमृत गिल उर्फ अमृतपाल सिंह ने फौजी छोनी विच ऑटो पाया होया सी। उह फौजी छोनी विच ऑटो चलाउण दे बहाने पाकिस्तान की खुफिया एजेंसी ISI नूं गुप्त जानकारियां भेज रहा सी। अमृत गिल दे नाल नाल उसके साथी गाजियाबाद के रहने वाले रियाजुद्दीन अते बिहार के इजराउल विरुद्ध भी लखनऊ के एंटी टैररिस्ट स्काउट ने केस दर्ज करके गिरफ्तार किया। उक्त तिने व्यक्ति मिलकर फौज दियां गुप्त जानकारियां पाकिस्तानी खुफिया एजेंसियों को पहुंचा रहे सन। दसा जाता है कि बठिंडा में सब तो वड्डी फौजी छोनी दियां गुप्त जानकारियां इकट्ठियां करन दे लई अमृतपाल की ड्यूटी लाई हुई सी। उसने बकायदा पास बना के फौजी छोनी अंदर अपना ऑटो पाया अते इस तों बाद उसने सारी जानकारी पाकिस्तान की खुफिया एजेंसी नूं भेजनी शुरू कर दी। लखनऊ पुलिस के एंटी टैररिस्ट स्क्वाड ने अमृत गिल रियाजुद्दीन नूं गिरफ्तार कर लिया। एंटी टैररिस्ट स्क्वाड अमृत गिल नूं इतिहासक नगर तलवंडी साबो गिरफ्तार करके लखनऊ ਲੈ ਗਿਆ ਜਿੱਥੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਗਿੱਲ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਸਾਲ 2020 ਦੇ ਵਿੱਚ ਥਾਣਾ ਫੂਲ ਦੀ ਪੁਲਿਸ ਨੇ ਉਸ ਨੂੰ ਗੁਟਕਾ ਸਾਹਿਬ ਦੀ ਬੇਅਦਬੀ ਦੇ ਦੋਸ਼ ਹੇਠ ਵੀ ਗ੍ਰਿਫਤਾਰ ਕੀਤਾ ਸੀ। ਦਸ ਮਾਤਾ ਪਾਸ ਅੰਮ੍ਰਿਤਪਾਲ ਸਿੰਘ ਨੇ ਆਪਣੇ ਪਿੰਡ ਦੁੱਲੇਵਾਲਾ ਵਿੱਚ 21 ਅਕਤੂਬਰ ਨੂੰ ਸ਼ਾਮ ਕਰੀਬ 7 ਵਜੇ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰਕੇ ਸਕੂਲ ਦੀ ਦੀਵਾਰ ਕੋਲ ਸੁੱਟ ਦਿੱਤੇ ਸੀ। ਇਸ ਦੌਰਾਨ ਮੋਟਰਸਾਈਕਲ ਦੀ ਲਾਈਟ ਪੈ ਜਾਣ ਤੋਂ ਬਾਅਦ ਅੰਮ੍ਰਿਤਪਾਲ ਨੂੰ ਲੱਗਾ ਕਿ ਮੋਟਰਸਾਈਕਲ ਸਵਾਰ ਨੂੰ ਉਸ ਦੀ ਹਰਕਤ ਦਾ ਪਤਾ ਲੱਗ ਗਿਆ। ਇਸ ਤੋਂ ਬਾਅਦ ਉਸਨੇ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਬੇਅਦਬੀ ਦੀ ਘਟਨਾ ਬਾਰੇ ਦੱਸਿਆ। 21 ਅਕਤੂਬਰ 2020 ਨੂੰ ਬੇਅਦਬੀ ਦੀ ਵਾਪਰੀ। ਇਸ ਘਟਨਾ ਤੋਂ 5 ਦਿਨ ਬਾਅਦ ਪੁਲਿਸ ਨੇ ਗੁਰਦੁਆਰਾ ਸਾਹਿਬ ਦੀ CCTV ਫੁਟੇਜ ਦੇ ਆਧਾਰ ਤੇ ਅੰਮ੍ਰਿਤਪਾਲ ਸਿੰਘ ਨੂੰ ਯਾਨੀ ਕਿ ਅੰਮ੍ਰਿਤ ਗਿੱਲ ਨੂੰ ਇਸ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਵੀ ਕਰ ਲਿਆ ਸੀ। ਉਹ ਹੁਣ ਇਸ ਕੇਸ ਵਿੱਚ ਜ਼ਮਾਨਤ ਤੇ ਚੱਲ ਰਿਹਾ ਸੀ। ਬੇਅਦਬੀ ਦੀ ਘਟਨਾ ਤੋਂ ਬਾਅਦ ਉਹ ਆਪਣੇ ਪਿੰਡ ਦੁੱਲੇਵਾਲਾ ਬਹੁਤ ਘੱਟ ਵੇਖਿਆ ਗਿਆ ਸੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਕਾਫੀ ਸਮੇਂ ਤੋਂ ਪਿੰਡ ਤੋਂ ਬਾਹਰ ਰਹਿ ਰਿਹਾ। ਪਿੰਡ ਵਾਸੀਆਂ ਅਨੁਸਾਰ ਉਸ ਦਾ ਪਿਤਾ ਇੱਕ ਬਹੁਤ ਸ਼ਰੀਫ ਵਿਅਕਤੀ ਹੈ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਅੰਮ੍ਰਿਤ ਗਿੱਲ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਵੀ ਪੈਸਿਆਂ ਦੇ ਲਾਲਚ ਵਿੱਚ ਦਿੱਤਾ ਹੋ ਸਕਦਾ ਹੈ। ਉਹਨਾਂ ਮੰਗ ਕੀਤੀ ਕਿ ਕਥਿਤ ਦੋਸ਼ੀ ਕੋਲੋਂ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਇਸ ਘਟਨਾ ਪਿਛਲੇ ਵਿਅਕਤੀਆਂ ਦੇ ਚਿਹਰੇ ਵੀ ਨੰਗੇ ਹੋ ਸਕਣ। ਇੱਕ ਪਾਸੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ, ਦੂਜੇ ਪਾਸੇ ਪਾਕਿਸਤਾਨੀ ਖੁਫੀਆ ਏਜੰਸੀ ISI ਨੂੰ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਜੀ ਹਾਂ, ਤੁਹਾਨੂੰ ਦੱਸੀਏ ਕਿ ਜੋ ਛਾਉਣੀ ਦੇ ਵਿੱਚ ਫੌਜੀ ਛਾਉਣੀ ਦੇ ਵਿੱਚ ਉਸਨੂੰ ਜਾਣਕਾਰੀ ਹਾਸਲ ਹੁੰਦੀ ਸੀ ਉਹ ISI ਨੂੰ ਜਾਣਕਾਰੀ ਮੁਹੱਈਆ ਕਰਵਾਉਂਦਾ ਸੀ, ਜਿਸ ਦੇ ਦੋਸ਼ ਹੇਠਾਂ ਉਹ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।